ਤੁਸੀਂ ਕਿੱਥੋਂ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਆਪਾਂ ਨੂੰ ਆਹ ਚੀਜ਼ ਲਾਉਣੀ ਚਾਹੀਦੀ? ਤੁਸੀਂ ਕਿੱਥੋਂ ਇਹ ਚੀਜ਼ ਦੇ ਬਾਰੇ ਜਾਣਿਆ ਜੀ? ਅਸੀਂ ਜੀ ਇੰਟਰਨੈਟ ਤੋਂ ਓਕੇ ਸਰਚ ਕਰਕੇ ਜੀ। ਠੀਕ ਹੈ ਜੀ। ਹਾਂਜੀ, ਇਹ ਲੱਕੜ ਦੀ ਕੀਮਤ ਤਾਂ ਹੈਗੀ ਹੈ ਜੀ, ਦੇਖੋ ਇਹ ਜਹਾਜ਼ਾਂ ਨੂੰ ਲੱਗਦੀ ਕਿਉਂਕਿ ਜਹਾਜ਼ ਪਾਣੀ 'ਚ ਰਹਿੰਦਾ। ਬਿਲਕੁਲ ਠੀਕ ਹੈ ਜੀ। ਅਤੇ ਜੇ ਅਸੀਂ ਜੋੜੀ ਪੱਲਾ ਲਾਉਣਾ ਆਪਣੇ ਘਰ ਤਾਂ ਉਹ 'ਤੇ ਰੰਗ ਕਰਨ ਦੀ ਜ਼ਰੂਰਤ ਨਹੀਂ। ਹਾਂਜੀ ਹਾਂਜੀ, ਮਤਲਬ ਕਿ ਜਿਹੜੇ ਸਮੁੰਦਰੀ ਜਹਾਜ਼ ਬਣਦੇ ਆ ਉਹਨਾਂ ਦੇ ਵਿੱਚ, ਜਿਹੜੀ ਉਹਨਾਂ ਦੇ ਵਿੱਚ ਜਿਹੜੀ ਸਮੁੰਦਰੀ ਜਹਾਜ਼ ਬਣਦੇ ਆ ਉਹਨਾਂ ਦੇ ਵਿੱਚ ਇਹਦੀ ਲੱਕੜੀ ਦਰਸ਼ਕ ਵੀਰੋ ਜੋ ਕਿ ਲੱਗਦੀ ਹੈ, ਉਹਦੇ ਬਾਰੇ ਜ਼ਰੂਰ ਦੱਸੋ ਜੀ ਆਪਾਂ। ਇਹਦਾ ਜੀ ਕੋਈ ਇੱਕ ਸਾਲ ਦੇ ਵਿੱਚ ਜਿਹੜਾ ਤਾਂ ਵੱਧ ਹੈਗਾ, ਘੱਟੋ ਘੱਟ 5-6 ਫੁੱਟ ਇਹ ਹਾਈਟ ਲੈ ਲੈਂਦੀ ਹੈ। ਓਕੇ ਜੀ, ਇੱਕ ਸਾਲ ਵਿੱਚ? ਇੱਕ ਸਾਲ ਦੇ ਵਿੱਚ। ਹਾਂਜੀ, ਇਹ 10 ਸਾਲਾਂ ਦੇ ਵਿੱਚ ਕੋਈ 50-60 ਫੁੱਟ ਲੰਬੀ ਚਲੀ ਜਾਂਦੀ ਹੈ। ਠੀਕ ਹੈ ਜੀ। ਅਤੇ ਵਧੀਆ ਲੱਕੜੀ ਕੋਈ 10,000 ਦਾ ਬੂਟਾ ਹੋ ਜਾਂਦਾ ਜੀ, ਇਹਦਾ ਮੇਰੇ ਹਿਸਾਬ ਨਾਲ। ਹਾਂਜੀ, ਇਹਨਾਂ ਦੇ ਕੋਈ ਆਪਾਂ ਪੈਸਟੀਸਾਈਡ ਵੀ ਵਰਤਦੇ ਹਾਂ ਜਾਂ ਫਿਰ ਆਪਾਂ ਇਹਨਾਂ ਨੂੰ ਜਿਵੇਂ ਗੰਡੋਇਆ ਖਾਦ ਹੋਊਗੀ ਜਾਂ ਉਹੀ ਚੀਜ਼ ਹੀ ਵਰਤਦੇ ਹਾਂ? ਇਹ ਪੈਸਟੀਸਾਈਡ ਆਪ ਹੀ ਨੇ ਜੀ, ਜਿਹੜਾ ਤਾਂ ਪੱਤਾ ਇੰਨਾ ਕੌੜਾ ਗਾ, ਹਾਂਜੀ, ਜੇ ਤੁਸੀਂ ਅੱਗ 'ਤੇ ਪਾ ਦਿਓਗੇ ਮੱਖੀ ਮੱਛਰ ਭੱਜ ਜੂਗਾ। ਠੀਕ ਹੈ, ਹੋਰ ਤਾਂ ਇਹਦੇ ਲਵੇ ਕੀ ਆਉਣਾ। ਓਕੇ ਓਕੇ। ਹਾਂਜੀ, ਇਸ ਬੂਟੇ ਤੋਂ ਇਹ ਵੀ ਆਪਾਂ ਮਤਲਬ ਕਿ ਫਿਰ ਅੰਕਲ ਇਹਨੂੰ ਆਪਾਂ ਜੇ ਆਪਾਂ ਇਸ ਤਰੀਕੇ ਦੇਖਿਆ ਜਾਵੇ ਤਾਂ ਆਪਾਂ ਮੱਛਰ ਦੇ ਵਾਸਤੇ ਵੀ ਇਹਨੂੰ ਯੂਜ਼ ਕਰ ਸਕਦੇ? ਮੱਛਰ ਦੇ ਵਾਸਤੇ ਯੂਜ਼ ਕਰ ਸਕਦੇ ਹਾਂ ਜੀ। ਠੀਕ ਹੈ, ਇਸੇ ਕਰਕੇ ਬਹੁਤ ਗੁਣੀ ਆ ਗਿਆ ਫਿਰ ਇਹਦਾ ਨਾਂ। ਇਹਦੇ ਸੁੰਡੀ ਦਾ ਵੀ ਨਹੀਂ ਨਾ ਅਸਰ ਹੈਗਾ ਕੋਈ? ਅੱਛਾ ਅੱਛਾ, ਓਕੇ, ਇਹਨੂੰ ਸੁੰਡੀ ਪੈਂਦੂਗੀ ਨਹੀਂ ਮਤਲਬ? ਨਹੀਂ ਜੀ ਨਹੀਂ। ਠੀਕ ਹੈ ਜੀ, ਇੱਕ ਇਹਦੀ ਜੜ ਤੋਂ ਜੇ ਆਪਾਂ ਜੇ ਦੱਸੀਏ ਤਾਂ ਜਿਵੇਂ ਇਹਦੇ ਜੜ ਦੇ ਵਿੱਚ ਆਹ ਕਾਫੀ ਜ਼ਿਆਦਾ ਘਾਹ ਫੂਸ ਇੱਥੇ ਉਗਾਇਆ ਹਨਾ ਆਪਾਂ ਮਤਲਬ ਕਿ, ਅਤੇ ਇਹਦਾ ਇਹਨੂੰ ਕੋਈ ਖਤਰਾ ਨਹੀਂ ਹੈ ਇਸ ਚੀਜ਼ ਦਾ ਜੀ ਵਿੱਚ? ਨਹੀਂ, ਇਹਨਾਂ ਨੂੰ ਜਿਹੜੇ ਦਰਖਤ ਹੁੰਦੇ ਨੇ ਇਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ। ਇਹ ਅਸਲ ਮੈਂ ਨਾ ਇਹ ਚੰਦਨ ਦੇ ਵਿੱਚ ਲੱਗਿਆ ਹੋਇਆ, ਚੰਦਨ ਖੜਾ ਗਾ। ਹਾਂਜੀ ਹਾਂਜੀ, ਇੱਧਰ ਉਹ ਖੜਾ ਗਾ। ਹਾਂਜੀ ਹਾਂਜੀ, ਉਹਨਾਂ ਦੀ ਖੁਰਾਕ ਵਾਸਤੇ ਆ ਇਹ। ਠੀਕ। ਹਾਂਜੀ, ਕਿਸਾਨ ਵੀਰ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਹਰਜਿੰਦਰ ਸਿੰਘ ਰਮਾਣਾ। ਇੱਕ ਨਾ ਤੁਹਾਨੂੰ ਅੱਜ ਬਹੁਤ ਹੀ ਪਿਆਰੀ ਅਤੇ ਘੈਂਟ ਚੀਜ਼ ਦਿਖਾਉਣੀ ਆ, ਇੱਕ ਬੂਟਾ ਇਹੋ ਜਿਹਾ ਦਿਖਾਉਣਾ ਜਿਹੜੀ ਕਿ ਲੱਕੜ ਆ ਜਿਹੜੀ ਉਹ 1000 ਸਾਲ ਵੀ ਜੇ ਪਾਣੀ ਦੇ ਵਿੱਚ ਪਈ ਰਹੇ ਤਾਂ ਉਹ ਕਦੇ ਵੀ ਖਰਾਬ ਨਹੀਂ ਹੁੰਦੀ। ਵਾਟਰ ਪਰੂਫ ਤੁਹਾਨੂੰ ਅਸੀਂ ਅੱਜ ਇੱਕ ਲੱਕੜੀ ਦਿਖਾਉਣ ਲੱਗੇ ਹਾਂ। ਸਾਡੇ ਨਾਲ ਵੀਡੀਓ ਦੇ ਵਿੱਚ ਹੋਣਗੇ ਸਰਦਾਰ ਹਰਵੰਤ ਸਿੰਘ ਜੀ, ਸਾਬਕਾ ਸਰਪੰਚ ਨੇ ਜੋ ਕਿ ਪਿੰਡ ਠੁੱਲੇਵਾਲ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਜੋ ਕਿ ਪਿੰਡ ਪੈਂਦਾ। ਸਰ ਜੀ, ਆਪ ਜੀ ਦਾ ਸਾਡੇ ਚੈਨਲ 'ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ ਹਰਜਿੰਦਰ ਜੀ, ਹਰਮਾਣਾ ਜੀ। ਹਾਂਜੀ, ਅਤੇ ਸਰ ਆਹ ਵਾਲਾ ਬੂਟਾ ਹੀ ਉਹ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਇਹਦੀ ਲੱਕੜ ਨਹੀਂ ਆਪਣੀ ਖਰਾਬ ਹੁੰਦੀ? ਹਾਂਜੀ, ਇਹ ਮਹਾਂਗੁਣੀ ਹੈ ਜੀ। ਜੀ, ਬਹੁਗੁਣੀ ਵੀ ਕਹਿ ਦਿੰਦੇ ਇਹਨੂੰ ਅਸੀਂ। ਹਾਂਜੀ, ਮਹਾਂਗਣੀ ਵੀ ਕਹਿ ਦਿੰਦੇ ਹਾਂ। ਹਾਂਜੀ, ਇਹਦੇ ਨਾਂ ਤੋਂ ਹੀ ਸਾਨੂੰ ਸਪਸ਼ਟ ਹੋ ਜਾਂਦਾ ਵੀ ਇਹ 'ਚ ਬਹੁਤ ਸਾਰੇ ਗੁਣ ਨੇ। ਬਹੁਤ ਸਾਰੇ ਗੁਣ ਨੇ, ਬਿਲਕੁਲ। ਅਤੇ ਇਹਦੇ ਤੁਸੀਂ ਕਹਿ ਰਹੇ ਕਿ 1000 ਸਾਲ ਹੀ ਜਿਹੜੀ ਕਿ ਲੱਕੜੀ ਜੇ ਆਪਾਂ ਪਾਣੀ ਦੇ ਵਿੱਚ ਰੱਖੀ ਰੱਖੀਏ ਉਹ ਖਰਾਬ ਨਹੀਂ ਹੁੰਦੀ, ਤਾਂ ਉਸ ਤਰੀਕੇ ਅੰਕਲ ਇਹ ਤਾਂ ਫਿਰ ਮਹਿੰਗੀ ਬਹੁਤ ਵਿਕਦੀ ਹੋਊ? ਹਾਂਜੀ, ਇਹ ਲੱਕੜ ਦੀ ਕੀਮਤ ਤਾਂ ਹੈਗੀ ਹੈ ਜੀ, ਦੇਖੋ ਇਹ ਜਹਾਜ਼ਾਂ ਨੂੰ ਲੱਗਦੀ ਕਿਉਂਕਿ ਜਹਾਜ਼ ਪਾਣੀ 'ਚ ਰਹਿੰਦਾ। ਬਿਲਕੁਲ ਠੀਕ ਹੈ ਜੀ। ਅਤੇ ਜੇ ਅਸੀਂ ਜੋੜੀ ਪੱਲਾ ਲਾਉਣਾ ਆਪਣੇ ਘਰ ਤਾਂ ਉਹ 'ਤੇ ਰੰਗ ਕਰਨ ਦੀ ਜ਼ਰੂਰਤ ਨਹੀਂ। ਹਾਂਜੀ ਹਾਂਜੀ, ਮਤਲਬ ਕਿ ਜਿਹੜੇ ਸਮੁੰਦਰੀ ਜਹਾਜ਼ ਬਣਦੇ ਆ ਉਹਨਾਂ ਦੇ ਵਿੱਚ ਜਿਹੜੀ ਸਮੁੰਦਰੀ ਜਹਾਜ਼ ਬਣਦੇ ਆ ਉਹਨਾਂ ਦੇ ਵਿੱਚ ਇਹਦੀ ਲੱਕੜੀ ਦਰਸ਼ਕ ਵੀਰੋ ਜੋ ਕਿ ਲੱਗਦੀ ਆ ਸਮੁੰਦਰੀ ਜਹਾਜ਼, ਕਿਉਂਕਿ ਪਾਣੀ ਦੇ ਵਿੱਚ ਰਹਿੰਦੇ ਆ ਉਹਨਾਂ ਜਹਾਜ਼ਾਂ ਨੂੰ ਜਿਹੜੀ ਲੱਕੜੀ ਲੱਗਦੀ ਆ ਉਹ ਇਸ ਬੂਟੇ ਦੀ ਲੱਗਦੀ ਆ ਜਿਹਨੂੰ ਕਿ ਬਹੁ ਗੁਣੀ ਕਿਹਾ ਜਾਂਦਾ, ਜਿਹਨੂੰ ਕਿ ਜੋ ਹੋਰ ਵੀ ਮਤਲਬ ਕਿ ਇਹਦੇ ਨਾਂ ਤੋਂ ਸਪਸ਼ਟ ਹੋ ਜਾਂਦਾ ਕਿ ਇਹਨੂੰ ਬਹੁ ਗੁਣੀ ਕਿਉਂ ਕਿਹਾ ਜਾਂਦਾ ਜੀ ਜਾਂ ਮਹਾਂਗੁਣੀ ਕਿਉਂ ਕਿਹਾ ਜਾਂਦਾ। ਅਤੇ ਇਹਦਾ ਅੰਕਲ ਲਾਉਣ ਦਾ ਕੋਈ ਤਰੀਕਾ ਆਪਾਂ ਮਤਲਬ ਕਿ ਕੀ ਦੱਸੀਏ ਦਰਸ਼ਕਾਂ ਨੂੰ ਵੀ ਇਹ ਕਿਹੜੇ ਮਹੀਨੇ ਲੱਗ ਜਾਂ ਕੀ ਹਿਸਾਬ ਕਿਤਾਬ ਹੈ ਜੀ? ਜਿਹੜਾ ਤਾਂ ਲਾਉਣ ਦਾ ਤਰੀਕਾ ਜੀ, ਹਾਂਜੀ, ਫਰਵਰੀ ਮਾਰਚ ਤੋਂ ਸ਼ੁਰੂ ਹੋ ਕੇ ਜੀ ਇਹ ਅਗਸਤ ਸਤੰਬਰ ਤੱਕ ਇਹ ਲੱਗ ਜਾਂਦਾ। ਠੀਕ ਹੈ ਜੀ, ਮਤਲਬ ਕਿ ਜਨਵਰੀ ਦੇ ਵਿੱਚ ਯਾਨੀ ਕਿ ਜ਼ਿਆਦਾ ਠੰਡ ਦੇ ਵਿੱਚ ਮਤਲਬ ਕਿ ਲਾਉਣਾ ਨਹੀਂ ਚਾਹੀਦਾ ਆਪਾਂ, ਬਸ ਮਹੀਨੇ ਤੋਂ ਬਾਅਦ ਜੀ। ਹਾਂਜੀ ਠੀਕ ਹੈ, ਫਰਵਰੀ 'ਚ। ਠੀਕ ਹੈ ਜੀ, ਅਤੇ ਇਹ ਫਿਰ ਅੰਕਲ ਤੁਸੀਂ ਕਿੱਥੋਂ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਆਪਾਂ ਨੂੰ ਆਹ ਚੀਜ਼ ਲਾਉਣੀ ਚਾਹੀਦੀ? ਤੁਸੀਂ ਕਿੱਥੋਂ ਇਹ ਚੀਜ਼ ਦੇ ਬਾਰੇ ਜਾਣਿਆ ਜੀ? ਅਸੀਂ ਜੀ ਇੰਟਰਨੈਟ ਤੋਂ ਓਕੇ ਸਰਚ ਕਰਕੇ ਜੀ। ਠੀਕ ਹੈ ਜੀ। ਹਾਂਜੀ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਬੂਟਾ ਬੂਟਾ ਲੋਕਾਂ ਨੂੰ ਹਾਂ ਸਪਲਾਈ ਕਰਾਉਣਾ? ਸਪਲਾਈ ਕਰ ਦਿੰਦੇ ਹਾਂ ਜੀ, ਇਹ ਵੀ ਦਿੰਦੇ ਹਾਂ, ਮਹਾਂਗੁਣੀ ਵੀ, ਮਹਾਂਗੁਣੀ ਹੋ ਗਿਆ, ਚੰਦਨ ਹੋ ਗਿਆ, ਡਰੈਗਨ ਹੋ ਗਿਆ। ਹਾਂਜੀ, ਇਹ ਹਰ ਕਿਸਮ ਦੇ ਬੂਟੇ ਨੇ ਜਿਹੜੇ ਚੰਗੇ ਬੂਟੇ ਨੇ ਕਮਰਸ਼ੀਅਲ। ਹਾਂਜੀ, ਉਹਨਾਂ ਪਰ ਲੋਕਾਂ ਨੂੰ ਜਾਣਕਾਰੀ, ਠੀਕ ਹੈ ਜੀ, ਲੋਕਾਂ ਨੂੰ ਮੁਹੱਈਆ ਕਰਾਉਣੇ। ਹਾਂਜੀ ਹਾਂਜੀ, ਅਤੇ ਇਹਦੇ ਅੰਕਲ ਜਿਵੇਂ ਇੱਕ ਇਹਦੀ ਜੜ ਤੋਂ ਜੇ ਆਪਾਂ ਜੇ ਦੱਸੀਏ ਤਾਂ ਜਿਵੇਂ ਇਹਦੇ ਜੜ ਦੇ ਵਿੱਚ ਆਹ ਕਾਫੀ ਜ਼ਿਆਦਾ ਘਾਹ ਫੂਸ ਇੱਥੇ ਉਗਾਇਆ ਹਨਾ ਆਪਾਂ ਮਤਲਬ ਕਿ, ਅਤੇ ਇਹਦਾ ਇਹਨੂੰ ਕੋਈ ਖਤਰਾ ਨਹੀਂ ਹੈ ਇਸ ਚੀਜ਼ ਦਾ ਜੀ ਵਿੱਚ? ਨਹੀਂ, ਇਹਨਾਂ ਨੂੰ ਜਿਹੜੇ ਦਰਖਤ ਹੁੰਦੇ ਨੇ ਇਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ। ਇਹ ਅਸਲ ਮੈਂ ਨਾ ਇਹ ਚੰਦਨ ਦੇ ਵਿੱਚ ਲੱਗਿਆ ਹੋਇਆ, ਚੰਦਨ ਖੜਾ ਗਾ। ਹਾਂਜੀ ਹਾਂਜੀ, ਇੱਧਰ ਉਹ ਖੜਾ ਗਾ। ਹਾਂਜੀ ਹਾਂਜੀ, ਉਹਨਾਂ ਦੀ ਖੁਰਾਕ ਵਾਸਤੇ ਆ ਇਹ। ਠੀਕ ਹੈ ਜੀ, ਠੀਕ ਹੈ ਜੀ, ਜਿਹੜੀ ਕਿ ਆਪਾਂ ਆਪਣੇ ਚੈਨਲ 'ਤੇ ਪਹਿਲਾਂ ਵੀਡੀਓ ਕੀਤੀ ਹੈ ਦਰਸ਼ਕ ਵੀਰੋ, ਜੇ ਚੰਦਨ ਦੀ ਖੇਤੀ ਦੀ ਤੁਸੀਂ ਜਾਣਕਾਰੀ ਲੈਣੀ ਸਾਡੀ ਉਹ ਵਾਲੀ ਵੀਡੀਓ ਜ਼ਰੂਰ ਦੇਖਿਓ ਪੂਰੀ। ਅੱਛਾ ਜੀ, ਉਹਦੇ ਵਾਸਤੇ ਆਪਾਂ ਇਹ ਚੀਜ਼ ਲਾਈ ਸੀ? ਉਹਦੇ ਵਾਸਤੇ ਲਾਉਣੀ ਹੈ ਜੀ। ਠੀਕ ਹੈ ਜੀ, ਅਤੇ ਬੰਨੇ ਬੰਨੇ ਖੇਤ ਦੇ ਆਲੇ ਦੁਆਲੇ ਲਾ ਸਕਦੇ ਹਾਂ, ਸੈਂਟਰ 'ਚ ਲਾ ਸਕਦੇ ਹਾਂ, ਜਿੱਥੇ ਮਰਜ਼ੀ ਲਾ ਲਓ, ਇਹਨੂੰ ਉੱਥੇ ਹੀ ਅਸੀਂ ਲਾ ਸਕਦੇ ਹਾਂ।
ਇਹਦਾ ਜਿਹੜਾ ਮਤਲਬ ਕਿ ਦੇਖੋ ਬਿਲਕੁਲ ਸਿੱਧੀ ਜਾ ਰਹੀ ਹੈ ਪੂਰਾ ਸਾਈਜ਼ ਜਿਹੜਾ ਇਹਦਾ ਜੋ ਕਿ ਉਹ ਵੀ ਆਪਾਂ ਜਾਣਦੇ ਹਾਂ ਅੰਕਲ ਤੋਂ ਵੀ ਸਾਈਜ਼ ਕਿੰਨਾ ਕੁ ਰਹਿੰਦਾ ਅਤੇ ਕਿੰਨੀ ਕੁ ਲੰਬੀ ਜਾ ਸਕਦੀ ਹੈ ਉਹਦੇ ਬਾਰੇ ਜ਼ਰੂਰ ਦੱਸੋ ਜੀ ਆਪਾਂ। ਇਹਦਾ ਜੀ ਕੋਈ ਇੱਕ ਸਾਲ ਦੇ ਵਿੱਚ ਜਿਹੜਾ ਤਾਂ ਵੱਧ ਹੈਗਾ ਘੱਟੋ ਘੱਟ 5-6 ਫੁੱਟ ਇਹ ਹਾਈਟ ਲੈ ਲੈਂਦੀ ਹੈ। ਓਕੇ ਜੀ, ਇੱਕ ਸਾਲ ਵਿੱਚ? ਇੱਕ ਸਾਲ ਦੇ ਵਿੱਚ। ਹਾਂਜੀ, ਇਹ 10 ਸਾਲਾਂ ਦੇ ਵਿੱਚ ਕੋਈ 50-60 ਫੁੱਟ ਲੰਬੀ ਚਲੀ ਜਾਂਦੀ ਹੈ। ਠੀਕ ਹੈ ਜੀ, ਅਤੇ ਵਧੀਆ ਲੱਕੜੀ ਕੋਈ 10,000 ਦਾ ਬੂਟਾ ਹੋ ਜਾਂਦਾ ਜੀ ਇਹਦਾ ਮੇਰੇ ਹਿਸਾਬ ਨਾਲ। ਹਾਂਜੀ, ਪਰ ਕਹਿਣ ਨਾਲ ਤਾਂ ਕੋਈ 50 ਦਾ ਕਹੀ ਜਾਂਦਾ, ਹਾਂਜੀ ਕੋਈ 40 ਦਾ ਕਹੀ ਜਾਂਦਾ, ਕੋਈ 25 ਦਾ ਕਹੀ, ਪਰ 10,000 ਦਾ ਬੂਟਾ ਲਾਜ਼ਮੀ ਹੋਊਗਾ। ਠੀਕ ਹੈ, ਠੀਕ, 10 ਸਾਲਾਂ 'ਚ ਵੀ 10 ਸਾਲਾਂ ਦੇ ਵਿੱਚ ਇੱਕ ਬੂਟਾ 10,000 ਦਾ, ਅਤੇ ਮੰਨ ਕੇ ਚੱਲੋ ਜੇ ਆਪਾਂ ਇਹਦੀ ਖੇਤੀ ਕਰਦੇ ਹਾਂ ਇਕੱਲੇ ਦੀ 1 ਏਕੜ ਦੇ ਵਿੱਚ ਲੱਗ ਗਏ ਤਾਂ 1,00,000 ਰੁਪਈਆ ਆਪਾਂ ਇਹਦੇ ਤੋਂ ਕਮਾ ਸਕਦੇ ਹਾਂ, ਇਸੇ ਤੋਂ ਕਮਾ ਸਕਦੇ ਹਾਂ। ਹਾਂਜੀ ਹਾਂਜੀ, ਠੀਕ ਹੈ ਜੀ, ਅਤੇ ਫਿਰ ਇਹਦਾ ਪਾਣੀ ਪੂਣੀ ਦਾ ਆਪਾਂ ਕਿਵੇਂ ਦੇਖਦੇ ਹਾਂ ਅੰਕਲ? ਬਸ ਪਾਣੀ ਨੋਰਮਲੀ ਹੈ ਜੀ। ਠੀਕ ਹੈ, ਜਿਹੜਾ ਬੂਟੇ ਹੈਗੇ ਦਰਖਤ ਹੁੰਦੇ ਆ ਜਿਹਨੇ ਜੜਾਂ ਡੂੰਘੀਆਂ ਜਾਂਦੀਆਂ ਨੇ, ਇਹ ਉੱਪਰੋਂ ਅਤੇ ਥੱਲੇ ਆਪਣੇ ਆਪ ਪਾਣੀ ਲੈ ਲੈਂਦਾ। ਠੀਕ ਹੈ ਜੀ, ਕੋਈ ਇੰਨਾ ਸਾਨੂੰ ਇੰਨਾ ਪਾਣੀ ਦੇ ਮਗਰ ਭੱਜਣ ਦੀ ਲੋੜ ਨਹੀਂ ਵੀ ਅਸੀਂ ਬੂਟੇ ਲਾ ਲਓ, ਪਾਣੀ ਜਰ ਜ਼ਰੂਰੀ ਹੈ, ਇਹ ਨਾ ਕੁਦਰਤੀ ਚੀਜ਼ਾਂ ਨੇ ਇਹ। ਠੀਕ ਹੈ ਜੀ, ਇੱਕ ਤੁਸੀਂ ਜਿਵੇਂ ਆਪਾਂ ਪਹਿਲਾਂ ਹੀ ਵੀਡੀਓ ਕੀਤੀ ਸੀ ਡਰੈਗਨ ਅਤੇ ਚੰਦਨ ਅਤੇ ਹੈ ਨਾ ਆਪਣੇ ਗੰਢਿਆਂ ਦੀ ਪੰਡੀਰੀ 'ਤੇ, ਹੁਣ ਜਿਹੜੀ ਆਹ ਆਪਣੀ ਵੀਡੀਓ ਆਪਣੀ ਇਸ ਆਪਣੇ ਬਹੁ ਗੁਣੀ ਬੂਟੇ 'ਤੇ ਆ ਗਈ, ਤਾਂ ਇਹਨਾਂ ਦੇ ਉੱਪਰ ਅੰਕਲ ਕੋਈ ਆਪਾਂ ਪੈਸਟੀਸਾਈਡ ਵੀ ਵਰਤਦੇ ਹਾਂ ਜਾਂ ਫਿਰ ਆਪਾਂ ਇਹਨਾਂ ਨੂੰ ਜਿਵੇਂ ਗੰਡੋਇਆ ਖਾਦ ਹੋਊਗੀ ਜਾਂ ਹੋਈ ਚੀਜ਼ ਹੀ ਵਰਤਦੇ ਹਾਂ? ਇਹ ਪੈਸਟੀਸਾਈਡ ਆਪ ਹੀ ਨੇ ਜੀ, ਜਿਹੜਾ ਤਾਂ ਪੱਤਾ ਇੰਨਾ ਕੌੜਾ ਗਾ, ਹਾਂਜੀ ਜੇ ਤੁਸੀਂ ਅੱਗ 'ਤੇ ਪਾ ਦਿਓਗੇ ਮੱਖੀ ਮੱਛਰ ਭੱਜ ਜੂਗਾ। ਠੀਕ ਹੈ, ਹੋਰ ਤਾਂ ਇਹਦੇ ਲਵੇ ਕੀ ਹੋਣਾ। ਓਕੇ ਓਕੇ, ਹਾਂਜੀ, ਇਸ ਬੂਟੇ ਤੋਂ ਇਹ ਵੀ ਆਪਾਂ ਮਤਲਬ ਕਿ ਫਿਰ ਅੰਕਲ ਇਹਨੂੰ ਆਪਾਂ ਜੇ ਆਪਾਂ ਇਸ ਤਰੀਕੇ ਦੇਖਿਆ ਜਾਵੇ ਤਾਂ ਆਪਾਂ ਮੱਛਰ ਦੇ ਵਾਸਤੇ ਵੀ ਇਹਨੂੰ ਯੂਜ਼ ਕਰ ਸਕਦੇ? ਮੱਛਰ ਦੇ ਵਾਸਤੇ ਯੂਜ਼ ਕਰ ਸਕਦੇ ਹਾਂ ਜੀ। ਠੀਕ ਹੈ, ਇਸੇ ਕਰਕੇ ਬਹੁਤ ਗੁਣੀ ਆ ਗਿਆ ਫਿਰ ਇਹਦਾ ਨਾ, ਇਹਦੇ ਸੁੰਡੀ ਦਾ ਵੀ ਨਹੀਂ ਨਾ ਅਸਰ ਹੈਗਾ ਕੋਈ? ਅੱਛਾ ਅੱਛਾ, ਓਕੇ, ਇਹਨੂੰ ਸੁੰਡੀ ਪੈਂਦੂਗੀ ਨਹੀਂ ਮਤਲਬ? ਨਹੀਂ ਜੀ ਨਹੀਂ। ਠੀਕ ਹੈ ਜੀ, ਠੀਕ ਹੈ, ਸੋ ਇਹ ਸਾਨੂੰ ਮਤਲਬ ਕਿ ਜਾਣਕਾਰੀ ਮੈਂ ਦੇਣੀ ਚਾਹੁੰਦਾ ਸੀਗਾ, ਸਪੈਸ਼ਲੀ ਅਸੀਂ ਇੱਥੇ ਚੰਦਨ ਦੀ ਖੇਤੀ 'ਤੇ ਜੋ ਕਿ ਵੀਡੀਓ ਕਰਨ ਵਾਸਤੇ ਆਏ ਹੋਏ ਸੀਗੇ ਜੀ, ਅਤੇ ਸਾਨੂੰ ਜਦੋਂ ਇਸ ਬੂਟੇ ਦਾ ਪਤਾ ਲੱਗਿਆ ਤਾਂ ਮੈਂ ਕਿਹਾ ਵੀ ਇਹ ਬੂਟਾ ਆਪਾਂ ਜ਼ਰੂਰ ਦਿਖਾਉਣਾ ਜਿਹਦੇ ਤੋਂ ਸਮੁੰਦਰੀ ਜਹਾਜ਼ ਤਿਆਰ ਹੁੰਦੇ ਆ। ਅਤੇ ਅੰਕਲ ਇਹਦਾ ਸਾਈਜ਼ ਕਿੰਨਾ ਕੁ ਮਤਲਬ ਕਿ ਬਣ ਜਾਂਦਾ ਵੀ, ਮਤਲਬ ਜਿਹੜਾ ਇਹਦਾ ਮੁੱਢ ਹੈ ਉਹ ਕਿੰਨਾ ਕੁ ਚੌੜਾ ਹੋ ਜਾਂਦਾ, ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ? ਇਹ ਜੀ 10 ਸਾਲਾਂ ਦੇ ਵਿੱਚ ਤਕਰੀਬਨ ਜੀ ਇਹ ਜਾਣੀ ਫੁੱਟ ਬਾਈ ਫੁੱਟ ਦਾ ਹੋਊ ਜੀ ਇਹ, ਥੱਲੇ ਮੁੱਢ ਤੋਂ ਉੱਪਰ ਨੂੰ ਪਤਲਾ ਹੋਊਗਾ। ਠੀਕ ਹੈ, ਜਾਂਦਾ ਇਸ ਕਰਕੇ ਮੈਂ ਕਹਿੰਦਾ ਵੀ 10,000 ਜੇ 2500 ਰੁਪਈਆ ਵਰਗ ਫੁੱਟ ਵੇਚੀਏ, ਸਾਡਾ 10 ਵਰਗ ਫੁੱਟ ਬਣ ਗਿਆ ਤਾਂ 2500 ਦਾ ਹੋ ਗਿਆ ਜੀ। ਠੀਕ ਹੈ, ਠੀਕ ਹੈ, ਠੀਕ ਹੈ ਜੀ, ਹਾਂਜੀ ਹਾਂਜੀ, ਅਤੇ 10 ਵਰਗ ਫੁੱਟ ਬਣ ਗਿਆ 25,000 ਦਾ ਹੋ ਗਿਆ ਜੀ। ਹਾਂਜੀ ਹਾਂਜੀ, ਚਲ ਉਹਨੂੰ ਅਸੀਂ ਅੱਧ 'ਤੇ ਹੀ ਲਾਉਂਦੇ ਹਾਂ ਜੀ। ਹਾਂਜੀ, ਮੈਂ ਕਹਿੰਦਾ ਵੀ 10,000 ਦੇ ਲਾ ਲਓ ਜੀ। ਠੀਕ ਹੈ, ਘੱਟੋ ਘੱਟ ਰੇਟ ਲਾ ਰਹੇ ਹਾਂ। ਹਾਂਜੀ ਹਾਂਜੀ, ਇੱਦੋਂ ਵਧਣਗੇ ਅਤੇ ਇਹ ਆਪਾਂ ਮਤਲਬ ਕਿ ਪਹਿਲਾਂ ਇਹਦੇ ਆਪਣੇ ਵਿਕਰੀ ਹੋ ਰਹੀ ਹੈ ਜੀ ਇਹਦੀ ਲੱਕੜੀ ਆਪਣੇ ਦੇਸ਼? ਜਿੱਥੇ ਮਰਜ਼ੀ ਵੇਚ ਲਓ ਜੀ। ਠੀਕ ਹੈ, ਜਿੱਥੇ ਮਰਜ਼ੀ ਜਿਹੜੇ ਮਰਜ਼ੀ ਕੋਨੇ 'ਤੇ ਜਿਹੜੇ ਮਰਜ਼ੀ ਆ ਰਹੇ 'ਤੇ ਇਹਨੂੰ ਵੇਚ ਲਓ, ਉੱਥੇ ਵਿਕੋ ਜੀ, ਕਿਉਂਕਿ ਇਹਦੀਆਂ ਜੋੜੀਆਂ ਬਣਦੀਆਂ ਨੇਗੀਆਂ, ਫਰਨੀਚਰ ਬਣਦਾ ਗਾ, ਹੋਰ ਹਲਕੀ ਹੁੰਦੀ ਹੈ ਅਤੇ ਹੈਵੀ ਹੁੰਦੀ, ਵਧੀਆ ਹੁੰਦੀ। ਠੀਕ ਹੈ ਜੀ, ਹਾਂਜੀ, ਇਹ ਕਹਿੰਦੇ ਆਪਾਂ ਰੰਗ ਬਾਰੇ ਵੀ ਜਦੋਂ ਇੱਥੇ ਆਏ ਤੁਹਾਡੇ ਕੋਲ ਰੰਗ ਬਾਰੇ ਆਪਾਂ ਗੱਲਬਾਤ ਕਰ ਰਹੇ ਸੀਗੇ, ਕਿਹਦਾ ਰੰਗ ਬਿਲਕੁਲ ਲਾਲ ਹੁੰਦਾ ਗਾ? ਲਾਲ ਭਾਅ ਮਾਰੂਗਾ। ਠੀਕ ਹੈ, ਇਸ ਕਰਕੇ ਇੱਥੇ ਰੰਗ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਦਰਵਾਜ਼ਿਆਂ 'ਤੇ ਖਿੜਕੀਆਂ 'ਤੇ ਆਟੋਮੈਟਿਕ ਹੀ ਰੰਗ ਦਿਖਾਈ ਜਾਊ, ਜਿਹੜਾ ਕਿ ਉਹ ਆਪਣੇ ਪਿੰਡਾਂ ਦੇ ਵਿੱਚ ਜਾਂ ਕਹੋ ਸ਼ਹਿਰਾਂ ਦੇ ਵਿੱਚ ਲੜਕੀਆਂ ਇਹਦੇ ਆਪਣੇ ਲੱਕੜੀ ਵਾਸਤੇ ਤੀਜੇ ਦਿਨ ਨਾਨਕਾ ਸ਼ੱਕ ਆਈ ਰਹਿੰਦੀ ਆ, ਕਹਿ ਦਿੰਦੇ ਆ ਹੈ ਨਾ ਜੀ ਰੰਗ ਕਰ ਲਓ ਹੈ ਨਾ, ਕਿ ਉਹ ਖਰਚਾ ਵਧਿਆ ਰਹਿੰਦਾ, ਤਾਂ ਉਸ ਤਰੀਕੇ ਜਿਹੜਾ ਕਿ ਆਪਣਾ ਇਸ ਬੂਟੇ ਨੂੰ ਜਿਹੜਾ ਖਰਚੇ ਦੀ ਕੋਈ ਜ਼ਰੂਰਤ ਨਹੀਂ, ਇਹਦੀ ਲੱਕੜੀ ਬਿਲਕੁਲ ਵੈਸੇ ਹੀ ਲਾਲ ਰਹਿੰਦੀ ਆ, ਇਹ ਫਿਰ ਫੋਰਨ ਕੰਟਰੀਆਂ ਦੇ ਵਿੱਚ ਮੇਰੇ ਹਿਸਾਬ ਨਾਲ ਕਾਫੀ ਜ਼ਿਆਦਾ ਡਿਮਾਂਡ ਹੋਊਗੀ। ਬਹੁਤ ਡਿਮਾਂਡ ਹੈ ਜੀ, ਸਿਉਂਖ ਨਹੀਂ ਲੱਗਦੀ ਜੀ ਇਹਨੂੰ, ਸਿਉਂਖ ਤਾਂ ਆਟੋਮੈਟਿਕ ਨਹੀਂ ਲੱਗਦੀ ਕਿਉਂਕਿ ਇਹ ਕੜੱਤਣ ਦੇ ਵਿੱਚ ਹੁੰਦੀ ਹੈ। ਠੀਕ ਹੈ ਜੀ, ਸੋ ਇਸ ਬੂਟੇ ਦੇ ਬਾਰੇ ਇੰਨੀ ਕੁ ਜਾਣਕਾਰੀ ਮੇਰੇ ਹਿਸਾਬ ਨਾਲ ਤੁਹਾਡੇ ਲਈ ਬਹੁਤ ਹੋਊਗੀ, ਹੋਰ ਵੀ ਕੋਈ ਹੈ ਤਾਂ ਪੁਆਇੰਟ ਅੰਕਲ ਦੱਸ ਦਿਓ, ਬਾਕੀ ਬਹੁ ਗੁਣੀ ਤਾਂ ਹੈਗਾ ਹੀ ਹੈਗਾ। ਬਸ ਲਾਓ ਜੀ, ਮੈਂ ਤਾਂ ਇਹ ਕਹਿੰਦਾ ਲਾਓ, ਆਪਣੇ ਬੱਚਿਆਂ ਦੇ ਜਨਮ ਦਿਨ 'ਤੇ ਲਾਓ। ਠੀਕ ਹੈ ਜੀ, ਬਿਲਕੁਲ, ਹਾਂ ਸਹੀ ਗੱਲ ਹੈ, ਇੱਕ ਆਪਣੇ ਜਨਮ ਦਿਨ 'ਤੇ ਬੱਚਿਆਂ ਦੇ ਜ਼ਰੂਰ ਬੂਟਾ ਲਾਓ, ਤਾਂ ਉਹਦੇ ਵਾਸਤੇ ਆਪਾਂ ਇਹੋ ਜਿਹੇ ਬੂਟੇ ਜ਼ਰੂਰ ਲਾਈਏ ਜਿਹੜੇ ਕਿ ਆਪਣੇ ਦੇਸ਼ ਵਾਸਤੇ, ਆਪਣੇ ਵਾਸਤੇ, ਆਪਣੇ ਫਿਊਚਰ ਵਾਸਤੇ ਜੋ ਕਿ ਫਾਇਦੇਮੰਦ ਹੋ ਸਕਣ। ਸੋ ਇੰਨੀ ਕੁ ਸਾਡੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ, ਇਹ ਜਿਹੜੀ ਲੱਕੜੀ ਆ ਸਮੁੰਦਰੀ ਜਹਾਜ਼ਾਂ ਦੇ ਵਿੱਚ ਵੀ ਯੂਜ ਹੁੰਦੀ ਹੈ, ਮੱਛਰ ਮੱਖੀ ਇਹਨੂੰ ਜੋ ਕਿ ਕੁਛ ਨਹੀਂ ਪੈਂਦਾ ਕਿਉਂਕਿ ਕੜੱਤਣ ਦੇ ਵਿੱਚ ਬਹੁਤ ਜ਼ਿਆਦਾ ਹੈ, ਬਾਕੀ ਇਹਦੇ ਲੰਬਾ ਬੂਟਾ ਕਾਫੀ ਜ਼ਿਆਦਾ ਚਲਿਆ ਜਾਂਦਾ ਹੈ, ਕਾਫੀ ਜ਼ਿਆਦਾ ਇਹਦੀ ਮੰਗ ਹੈਗੀ ਹੈ, ਡਿਮਾਂਡ ਹੈ, ਸੋ ਇਹਦੀ ਖੇਤੀ ਵੀ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਸਾਡੇ ਚੈਨਲ ਨੂੰ ਫੇਸਬੁੱਕ ਦੇ ਉੱਪਰ ਔਰ ਯੂਟਿਊਬ ਦੇ ਉੱਪਰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ, ਨਾਲ ਹੀ ਬੈੱਲ ਆਈਕਨ ਦੀ ਜੋ ਘੰਟੀ ਹੁੰਦੀ ਹੈ ਯੂਟਿਊਬ ਦੇ ਉੱਪਰ ਉਹਨੂੰ ਜ਼ਰੂਰ ਦਬਾ ਲਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ।